ਦੇਰ ਰਾਤ ਜਲੰਧਰ ਦੇ ਰਿਹਾਇਸ਼ੀ ਇਲਾਕੇ ਵਿੱਚ ਦਾਖਲ ਹੋਏ ਖਤਰਨਾਕ ਤੇਂਦੂਏ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਸ ਤੇਂਦੂਏ ਨੇ ਕੱਲ੍ਹ ਸਵੇਰ ਤੋਂ ਲਗਭਗ 12 ਘੰਟੇ ਜਲੰਧਰ ਦੇ ਪਿੰਡ ਲੰਮਾ ਦੇ ਲੋਕਾਂ ਨੂੰ ਦਹਿਸ਼ਤ ਵਿੱਚ ਪਾਈ ਰੱਖਿਆ। ਇਸ ਦੌਰਾਨ ਤੇਂਦੂਏ ਨੇ ਹਮਲਾ ਕਰ ਕਰੀਬ 5 ਵਿਅਕਤੀਆਂ ਨੂੰ ਵੀ ਜ਼ਖਮੀ ਕੀਤਾ ਹੈ। ਗੌਰਤਲਬ ਹੈ ਕਿ ਤੇਂਦੂਆ ਇੰਨਾ ਖਤਰਨਾਕ ਸੀ ਕਿ 2 ਗੋਲੀਆਂ ਲੱਗਣ ਤੇ ਵੀ ਕਾਬੂ ਵਿੱਚ ਨਹੀਂ ਆਇਆ, ਪਰ ਅਖੀਰ 3 ਗੋਲੀ ਲੱਗਣ ਤੇ ਤੇਂਦੂਆ ਜ਼ਮੀਨ ਉੱਤੇ ਡਿੱਗ ਗਿਆ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਤੇਂਦੂਏ ਨੂੰ ਪਿੰਜਰੇ ਵਿੱਚ ਪਾ ਰਵਾਨਾ ਹੋ ਗਈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।